ਇਹ ਕਵੀ ਦਰਬਾਰ ਆਪਾਂ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ, ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੇ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਤਾ ਹੈ। ਤੋ ਇਹ ਜੋ ਕਵੀ ਦਰਬਾਰ ਹੈ ਜਾਂ ਤੁਸੀਂ ਪਹੁੰਚੇ ਹੋ, 5-7 ਮਿੰਟ ਲਈ ਮੈਂ ਕਾਵਿ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਕੇ ਅਤੇ ਫਿਰ ਸਾਰਾ ਕਵੀ ਦਰਬਾਰ ਅੱਗੋਂ ਚੱਲਦਾ ਰਹੇਗਾ। ਅੱਜ ਕੱਲ੍ਹ ਤੀਸਰੇ ਅਤੇ ਚੌਥੇ ਪਾਤਸ਼ਾਹ ਦੇ ਗੁਰਪੁਰਬਾਂ 'ਤੇ ਰੌਣਕਾਂ ਲਾ ਰਹੇ ਹਾਂ। 450 ਸਾਲਾ ਸ਼ਤਾਬਦੀ ਨੂੰ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਆ ਦੇਸ਼ ਵਿਦੇਸ਼ ਤੋਂ ਪੌਂਟਾ ਸਾਹਿਬ ਆਪਾਂ ਸੰਗਤ ਰੂਪ ਦੇ ਵਿੱਚ ਸਭ ਆ ਰਹੇ ਹਾਂ ਅਤੇ ਪੰਥਕ ਕਵੀ ਸਟੇਜ ਤੋਂ ਹੁਣ ਜਾਚਕ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਰਹੇ ਹਾਂ। ਪੰਥਕ ਕਵੀ ਸਟੇਜ ਤੋਂ ਹੁਣ ਜਾਚਕ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਰਹੇ ਹਾਂ। ਇਸ ਸਮਾਗਮ ਵਿੱਚ ਸ਼ਾਮਲ ਨੇ ਜੋ ਹੋਏ ਜੀ ਆਇਆਂ ਪਤਵੰਤਿਆਂ ਸਾਰਿਆਂ ਨੂੰ, ਆ ਜਿਨ੍ਹਾਂ ਸੱਜਣਾ ਤੇ ਦੁਨੀਆ ਮਾਣ ਕਰਦੀ, ਇਹਨਾਂ ਸੂਰਜਾਂ ਚੰਨਾਂ ਸਿਤਾਰਿਆਂ ਨੂੰ 450 ਸਾਲਾ ਸ਼ਤਾਬਦੀ ਮਨਾਉਣ ਦੇ ਲਈ ਇੱਥੇ ਪਹੁੰਚੇ ਹੋਏ ਗੁਰੂ ਪਿਆਰਿਆਂ ਨੂੰ ਤੇ ਕਵੀ ਦਰਬਾਰ 'ਚ ਕਵਿਤਾ ਸੁਣਾਉਣ ਆਏ ਜੀ ਆਇਆ ਦਸ਼ਮੇਸ਼ ਦੁਲਾਰਿਆਂ ਨੂੰ। ਮਾਈ ਭਾਗੋ ਦੀਆਂ ਵਾਰਸਾਂ ਵੀ ਚੱਲ ਕੇ ਪੌਂਟਾ ਸਾਹਿਬ 'ਚ ਆਈਆਂ ਨੇ ਜੀ ਆਇਆ। ਮਾਈ ਭਾਗੋ ਦੀਆਂ ਵਾਰਸਾਂ ਵੀ ਚੱਲ ਕੇ ਆ ਪੌਂਟਾ ਸਾਹਿਬ 'ਚ ਆਈਆਂ ਨੇ ਜੀ ਆਇਆ। ਕਵੀ ਦਰਬਾਰ ਅਸਥਾਨ ਤੇ ਸੱਜ ਕੇ ਤੇ ਓਏ ਤੁਸਾਂ ਰੌਣਕਾਂ ਲਾਈਆਂ ਨੇ ਜੀ ਆਇਆ। ਦਸਮ ਪਿਤਾ ਨੇ ਆਪ ਤਰੁੱਠ ਕੇ ਤੇ ਇੱਥੇ ਆਪ ਬੁਲਾਈਆਂ ਨੇ ਜੀ ਆਇਆ। ਪਰਮਦੀਪ ਸੁਸਾਇਟੀ ਤੇ ਸਟੱਡੀ ਸਰਕਲ ਪਲਕਾਂ ਉੱਤੇ ਬਿਠਾਈਆਂ ਨੇ ਜੀ ਆਇਆ। ਤੋ ਪ੍ਰਬੰਧਕ ਕਮੇਟੀ ਦੇ ਸਾਰੇ ਪਤਵੰਤਿਆਂ ਨੇ ਬੜੇ ਸੋਹਣੇ ਤੇ ਵਧੀਆ ਇੰਤਜ਼ਾਮ ਕੀਤੇ। ਸਮੇਂ ਸਮੇਂ ਤੇ ਆਏ ਵਿਦਵਾਨ ਜਿਹੜੇ ਲੈਕਚਰ ਖਾਸ ਕੀਤੇ, ਨਹੀਂ ਕੋਈ ਆਮ ਕੀਤੇ ਤੇ ਚੱਲ ਸੋ ਚੱਲ ਹੀ ਰਹੀ ਇੱਥੇ ਘੜੀ ਪਲ ਨਾ ਕਿਸੇ ਆਰਾਮ ਕੀਤੇ। ਕਾਰਜਸ਼ਾਲਾ ਦੇ ਵਿੱਚ ਵੀ ਹੋਏ ਸ਼ਾਮਲ ਤੇ ਸੋਹਣੇ ਕਮਰਿਆਂ ਵਿੱਚ ਵਿਸਰਾਮ ਕੀਤੇ। ਤੋ ਇਸ ਇਤਿਹਾਸਕ ਕਵੀ ਦਰਬਾਰ ਅੰਦਰ ਚੱਲ ਕੇ ਆਏ ਹੋ ਗੁਰੂ ਦਰਬਾਰ ਇੱਥੇ। ਇਸ ਇਤਿਹਾਸਕ ਕਵੀ ਦਰਬਾਰ ਅੰਦਰ ਚੱਲ ਕੇ ਆਏ ਹੋ
ਗੁਰੂ ਦਰਬਾਰ ਇੱਥੇ ਵੱਡੇ ਭਾਗ ਨੇ, ਤੁਸਾਂ ਦੇ ਸੱਚ ਜਾਣੋ, ਤੁਸੀਂ ਪਹੁੰਚੇ ਹੋ ਮੰਜ਼ਲਾ ਮਾਰ ਇੱਥੇ। ਕਵਿਤਾ ਪੜ ਰਹੇ ਜਿਹੜੇ ਸਥਾਨ ਉੱਤੇ ਦਾਤਾ ਲਾਉਂਦੇ ਸਨ, ਕਵੀ ਦਰਬਾਰ ਇੱਥੇ ਸ਼ਰਧਾ ਅਦਬ ਵਿਸ਼ਵਾਸ ਨਾਲ ਪੜੋ ਕਵਿਤਾ। ਆ ਕਵਿਤਾ ਸੁਣ ਰਹੇ ਦਸਮ ਦਤਾਰ ਇੱਥੇ ਜਿਹਦੇ ਨਾਂ ਤੇ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਬਣਾਈ ਸਾਰ ਗੁਰਮੀਤ ਸਿੰਘ ਜੀ। ਉਸ ਬੱਚੇ ਦਾ ਜਨਮ 17 ਅਕਤੂਬਰ 1984 ਨੂੰ ਹੋਇਆ ਸੀ। ਅੱਜ ਦੇ ਦਿਨ ਤੋਂ 40 ਸਾਲ ਪਹਿਲਾਂ ਉਹ ਬੇਟਾ ਦੁਨੀਆ 'ਚ ਆਇਆ ਅਤੇ 10 ਕੁ ਸਾਲ ਦੀ ਉਮਰ 'ਚ 5 ਤਖਤਾਂ ਤੋਂ ਮਾਣ ਸਨਮਾਨ ਲੈ ਗਿਆ। ਇਸ ਪਾਉਂਟਾ ਸਾਹਿਬ ਦੀ ਪਾਵਨ ਧਰਤੀ 'ਤੇ ਜਦੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਾਰੇ ਹਿੰਦੁਸਤਾਨ ਦੇ ਲੋਕ ਆਏ, ਬਾਲ ਕਵੀ ਦਰਬਾਰ ਹੋਇਆ, ਉਹਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਤੇ ਉਹਦੇ ਬਾਰੇ ਇੱਕ ਗੱਲ ਕਹਿ ਕੇ ਤੇ ਫਿਰ ਮੈਂ ਹੁਣ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਲਈ ਪਾਉਂਟਾ ਸਾਹਿਬ ਦੀ ਇੱਕ ਗੱਲ ਕਹਿ ਕੇ ਕਰ ਰਿਹਾ ਕਿ ਬਾਲ ਕਵੀ ਦਰਬਾਰਾਂ ਦੇ ਵਿੱਚ ਉਸਨੂੰ ਹਰ ਥਾਂ ਹੀ ਪਹਿਲਾ ਸਥਾਨ ਮਿਲਿਆ। ਬਾਲ ਕਵੀ ਦਰਬਾਰਾਂ ਦੇ ਵਿੱਚ ਉਸਨੂੰ ਹਰ ਥਾਂ ਹੀ ਪਹਿਲਾ ਸਥਾਨ ਮਿਲਿਆ। ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਤੋਂ ਗੋਲਡ ਮੈਡਲ ਦੇ ਨਾਲ ਸਨਮਾਨ ਮਿਲਿਆ। 10 ਸਾਲਾਂ ਦੀ ਬਾਲੜੀ ਉਮਰ ਤੀਕਰ 5 ਤਖਤਾਂ ਤੋਂ ਮਾਣ ਸਨਮਾਨ ਮਿਲਿਆ ਤੇ 21 ਸਾਲ ਮੈਂ ਲਾਡ ਲਡਾਏ ਜਿਸਨੂੰ ਉਹ ਤੁਹਾਡੇ ਵਿੱਚੋਂ ਉਹ ਦੀਪ ਫਰਿਆਣ ਮਿਲਿਆ। ਇਸ ਅਸਥਾਨ ਤੇ ਪੂਰੀ ਨਿਮਰਤਾ ਦੇ ਨਾਲ ਤੁਸੀਂ ਸਾਰਿਆਂ ਨੇ ਕਵਿਤਾਵਾਂ ਸੁਣਾਉਣੀਆਂ ਨੇ। ਇੱਕ ਕਵੀ ਚੰਦਨ ਹੰਕਾਰ ਦੇ ਵਿੱਚ ਆ ਗਿਆ ਸੀਗਾ, ਗੱਲ ਸੁਣਿਓ। ਚੰਦਨ ਕਵੀ ਨੇ ਇਸ ਅਸਥਾਨ ਉੱਤੇ ਆਪਣੀ ਕਵਿਤਾ ਦਾ ਜਦੋਂ ਹੰਕਾਰ ਕੀਤਾ, ਦਸਮ ਪਿਤਾ ਨੇ ਆਪਣੀ ਮਿਹਰ ਕਰਕੇ ਭਾਈ ਧੰਨਾ ਸਿੰਘ ਘਾਹੀ ਤਿਆਰ ਕੀਤਾ। ਚੰਦਨ ਕਵੀ ਦੀ ਕਵਿਤਾ ਦਾ ਉਸਨੇ ਤਦ ਬੜਾ ਸੋਹਣਾ ਸੀ ਅਰਥ ਵਿਚਾਰ ਕੀਤਾ, ਸੁਣ ਕੇ ਅਰਥ ਸੀ ਹੋਇਆ ਹੈਰਾਨ। ਚੰਦਨ ਢਹਿ ਕੇ ਚਰਨਾਂ ਦੇ ਵਿੱਚ ਨਮਸਕਾਰ ਕੀਤਾ। ਚੱਲੀ ਜਿਹੜੀ ਪੰਘਾਣੀ ਦੇ ਯੁੱਧ ਅੰਦਰ, ਚੱਲੀ ਜਿਹੜੀ ਪੰਘਾਣੀ ਦੇ ਯੁੱਧ ਅੰਦਰ, ਉਸ ਤਿੱਖੀ ਤਲਵਾਰ ਦਾ ਜਨਮ ਹੋਇਆ। ਵਿੱਚ ਜੰਗ ਦੇ ਜੀਨੇ ਸੀ ਪਾਏ ਭੜਥੂ, ਉਸ ਅਣਖੀ ਲਲਕਾਰ ਦਾ ਜਨਮ ਹੋਇਆ। ਜਾਪ ਸਾਹਿਬ ਸਵਈਆਂ ਦੇ ਨਾਲ ਇੱਥੇ ਚੰਡੀ ਦੀ ਵਾਰ ਦਾ ਜਨਮ ਹੋਇਆ ਤੇ ਚੱਲ ਰਿਹਾ ਜੋ ਕਵੀ ਦਰਬਾਰ ਜਾਚਕ, ਇਸ ਕਵੀ ਦਰਬਾਰ ਦਾ ਜਨਮ ਹੋਇਆ।